ਪੰਜਾਬ ਵਿੱਚ ਆਏ ਦਿਨ ਅਪਰਾਧੀ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਅਤੇ ਪੰਜਾਬ ਸਰਕਾਰ ਅਪਰਾਧੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਬੇਵਸ ਨਜ਼ਰ ਆ ਰਹੀ ਹੈ। ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਕੁਝ ਵਿਅਕਤੀਆਂ ਨੇ ਇੱਟਾਂ ਦੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਭੁੱਲਰ ਕਲੋਨੀ ਗਲੀ ਨੰਬਰ 2 ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਬਾਅਦ ਦੁਪਹਿਰ ਕਥਿਤ ਨਸ਼ੇ ਦੀ ਹਾਲਤ ਵਿੱਚ ਕਰੀਬ 10 ਵਿਅਕਤੀਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਨਸ਼ਈ ਵਿਅਕਤੀਆਂ ਵੱਲੋਂ ਸੁੱਟੇ ਗਏ ਇਹ ਇੱਟਾਂ ਰੋੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੱਕ ਜਾ ਪਹੁੰਚੇ। ਗੁਰਦੁਆਰਾ ਸਾਹਿਬ ਵਿਖੇ ਮੌਜੂਦ ਗ੍ਰੰਥੀ ਗੁਰਸੰਗਤ ਸਿੰਘ ਅਤੇ ਉਸਦੀ ਪਤਨੀ ਨੇ ਜਦ ਇਸ ਦਾ ਵਿਰੋਧ ਕੀਤਾ ਤਾਂ ਕਥਿਤ ਨਸ਼ਈ ਵਿਅਕਤੀਆਂ ਨੇ ਉਹਨਾਂ ਨਾਲ ਵੀ ਧੱਕਾ ਮੁੱਕੀ ਕੀਤੀ। ਉੱਧਰ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਥਾਣਾ ਸਿਟੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ 3 ਹਮਲਾਵਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ। ਗ੍ਰੰਥੀ ਸਿੰਘ ਅਤੇ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਗੁਰਦੁਆਰੇ ਤੋਂ ਕੁਝ ਹੀ ਦੂਰੀ 'ਤੇ ਸਥਿਤ ਇੱਕ ਬਸਤੀ ਵਿੱਚ ਰਹਿੰਦੇ ਇਹ ਵਿਅਕਤੀ ਜੋ ਕਿ ਨਸ਼ਾ ਕਰਦੇ ਹਨ ਨੂੰ ਵਾਰ ਵਾਰ ਰੋਕਣ 'ਤੇ ਅੱਜ ਉਹਨਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਗ੍ਰੰਥੀ ਗੁਰਸੰਗਤ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਨਸ਼ੇ ਦੀ ਹਾਲਤ ਵਿੱਚ ਕੁਝ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਵੱਲ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਜਦ ਇਸ ਦਾ ਵਿਰੋਧ ਕੀਤਾ ਤਾਂ ਨਸ਼ਈ ਵਿਅਕਤੀਆਂ ਨੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ। ਮੇਰਾ ਨਾਮ ਜੀ ਗੁਰਸੰਗਤ ਸਿੰਘ, ਮੈਂ ਇੱਥੇ ਭੁੱਲਰ ਕਲੋਨੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਜੀ। ਕੋਈ 2:30 ਵਜੇ ਦੇ ਕਰੀਬ 6-7 ਦੇ ਕਰੀਬ ਆਦਮੀ ਨਸ਼ੇ ਦੇ ਧੱਕੇ, ਸ਼ਰਾਬ ਪੀਤੀ ਹੋਈ ਜਾਂ ਕੁਛ ਹੋਰ ਨਸ਼ਾ ਕੀਤਾ ਹੋਇਆ, ਉਹਨਾਂ ਨੇ ਆ ਕੇ ਅਚਾਨਕ ਹੀ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ। ਜਦੋਂ ਮੈਂ ਦਰਬਾਰ ਸਾਹਿਬ ਦਾ ਗੇਟ ਬੰਦ ਕਰਨ ਲੱਗਿਆ ਤਾਂ ਉਹਨਾਂ ਨੇ ਮੇਰੀ ਦਸਤਾਰ ਵੀ ਲਾਤੀ, ਮੇਰੀ ਸਿੰਘਣੀ ਦੀ ਚੁੰਨੀ ਵੀ ਲਾ ਕੇ ਅੰਦਰ ਸਿੱਟੀ ਪਈ ਹੈ, ਜਿਨ੍ਹਾਂ ਨੇ ਬਹੁਤ ਵੱਡੀ ਬੇਅਦਬੀ ਕੀਤੀ ਆ। ਤੁਸੀਂ ਆਪ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਗੁਰੂ ਮਹਾਰਾਜ ਦੇ ਸਰੂਪ ਤੱਕ ਇੱਟਾਂ ਵੱਟੇ ਚਲਾ ਕੇ ਉਹਨਾਂ ਨੇ ਹੋਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਵੇਲੇ ਮੈਂ ਇਕੱਲਾ ਸੀ, ਮੈਂ ਕੁਛ ਨਹੀਂ ਕਰ ਸਕਿਆ, ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ, ਸਿੱਖ ਵਿਰਸਾ ਕੌਂਸਲ ਨੂੰ ਜਦੋਂ ਮੈਂ ਸੁਨੇਹੇ ਭੇਜੇ, ਸਿੱਖ ਵਿਰਸਾ ਕੌਂਸਲ ਵਾਲੇ ਸੇਵਾਦਾਰ ਵੀਰ ਪਹੁੰਚੇ, ਮੁਲਾਜ਼ਮ ਵੀਰ ਪਹੁੰਚੇ, ਉਹ ਇੰਨੇ ਕੁ ਨਸ਼ੇ ਦੇ ਨਾਲ ਅਤੇ ਪਤਾ ਨਹੀਂ ਕਿਹੜੀ ਸ਼ੈ, ਕਿਹੜੀ ਸਿਆਸਤ, ਕਿਹੜੀ ਉਹਨਾਂ ਨੂੰ ਸਪੋਰਟ ਇੰਨੀ ਸੀ, ਉਹ ਉਹਨਾਂ ਨੇ ਮੁਲਾਜ਼ਮਾਂ ਦੇ ਗੱਲ ਪੈਣ ਦੀ ਵੀ ਕੋਸ਼ਿਸ਼ ਕੀਤੀ ਹੈ, ਮੁਲਾਜ਼ਮਾਂ ਨੂੰ ਵੀ ਧੱਕੇ ਮੁੱਕੀ ਗਾਲਾਂ ਕੱਢੀਆਂ। 3 ਮੁਲਾਜ਼ਮ ਆਏ ਜਦੋਂ ਮੈਂ ਉਹਨਾਂ ਕੋਲ ਪਹੁੰਚਿਆ ਜਾ ਕੇ ਥਾਣੇ ਦੇ ਵਿੱਚ, ਅਤੇ ਉਹ ਮੇਰੀ ਗੱਲ ਸੁਣਨ ਵਾਸਤੇ, ਮੌਕਾ ਦੇਖਣ ਵਾਸਤੇ ਪਹੁੰਚੇ, ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੁਲਿਸ ਦੇ ਮੁਲਾਜ਼ਮਾਂ 'ਤੇ ਵੀ ਹਮਲਾ ਕੀਤਾ। ਸ਼੍ਰੀ ਮੁਕਤਸਰ ਸਾਹਿਬ ਭੁੱਲਰ ਕਲੋਨੀ ਦੇ ਵਿੱਚ ਗੁਰਦੁਆਰਾ ਬਾਬਾ ਚੰਨਣ ਸਿੰਘ ਜੀ ਯਾਦਗਾਰੀ ਗੁਰੂ ਘਰ ਆ, ਕਿਉਂਕਿ ਸਾਰੀ ਸੰਗਤ ਦਰਬਾਰ ਸਾਹਿਬ ਨਹੀਂ ਜਾ ਸਕਦੀ, ਬੜੀ ਸ਼ਰਧਾ ਨਾਲ ਇਹਨਾਂ ਨੇ ਗੁਰੂ ਘਰ ਬਣਾਇਆ ਹੋਇਆ। ਇਲਾਕੇ ਦੇ ਤਕਰੀਬਨ 7-8 ਜਿਹੜੇ ਸ਼ਰਾਬੀ ਗੁੰਡੇ ਆ, ਉਹਨਾਂ ਨੇ ਇੱਥੇ ਹਮਲਾ ਕੀਤਾ। ਗ੍ਰੰਥੀ ਸਿੰਘ ਜੀ ਦੀ ਜਾਣਕਾਰੀ ਅਨੁਸਾਰ ਉਹ ਜਿਹੜੇ SI ਮਤ ਨਾਲ ਜਿਹੜਾ ਕੋਈ ਅੱਜ ਕੱਲ੍ਹ ਜਿਹੜਾ ਸਿਸਟਮ ਚੱਲਿਆ ਉਹਨਾਂ ਨਾਲ ਸੰਬੰਧ ਰੱਖਦੇ। ਇਹਨਾਂ ਦੇ ਕਹਿਣ ਅਨੁਸਾਰ ਉਹਨਾਂ ਨੇ ਜਿਹੜਾ ਬੜੇ ਗੰਦੇ ਤਰੀਕੇ ਦੇ ਨਾਲ ਜਿਹੜਾ ਉਹ ਕਾਤਲਾਂ ਨਾਲ ਹਮਲਾ ਸੀਗਾ, ਉਹਨਾਂ ਕੋਲ ਪੱਥਰ ਸੀ, ਮਾਰੂ ਹਥਿਆਰ ਸੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਆ ਉਹ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਆ। ਗ੍ਰੰਥੀ ਸਿੰਘ ਜੀ ਇਕੱਲਾ ਬੰਦਾ ਸੀ ਔਰ ਉਹ 8-9 ਜਾਣੇ ਸੀ, ਹਥਿਆਰ ਸੀ ਉਹਨਾਂ ਕੋਲੇ, ਉਹਨਾਂ ਨੇ ਦਰਬਾਰ ਸਾਹਿਬ ਅੰਦਰ ਵੜ ਕੇ ਇੱਟਾਂ ਮਾਰੀਆਂ, ਉਹ ਗੁਰੂ ਸਾਹਿਬ ਦੇ ਜਿਹੜੇ ਰੁਮਾਲੇ ਖਿੱਚਣ ਦੀ ਕੋਸ਼ਿਸ਼ ਕੀਤੀ ਆ, ਗੋਲਕ ਦੇ ਉੱਤੇ ਵੱਟੇ ਪਏ ਆ। ਇਹਨਾਂ ਦੀ ਵਾਈਫ ਆ ਜਿਹੜੀ ਗ੍ਰੰਥੀ ਸਿੰਘ ਦੀ ਸਿੰਘੜੀ ਘਰ ਵਾਲੀ, ਉਹਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਵੀ ਉਹਨਾਂ ਨੇ ਜਿਹੜੇ ਧੱਕਾ ਮੁੱਕੀ ਕੀਤੀ, ਚੁੰਨੀ ਖਿੱਚੀ ਗਈ ਆ, ਬੜਾ ਗੰਦੇ ਤਰੀਕੇ ਨਾਲ ਇਹ ਘਟਨਾ ਵਾਪਰੀ ਆ ਔਰ ਇਹਦੀ ਜਿਹੜੀ ਪੂਰੀ ਜਾਂਚ ਹੋਣੀ ਚਾਹੀਦੀ ਆ, ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਨਹੀਂ ਤਾਂ ਜਿਹੜਾ ਇਹ ਸਿੱਖ ਜਿਹੜਾ ਹਲਕਿਆਂ ਦੇ ਵਿੱਚ ਜਿਹੜਾ ਸਿੱਖ ਸੰਗਤ 'ਚ ਭਾਰੀ ਰੋਸ ਹੈ, ਜਿਹੜਾ ਵੱਡਾ ਜਿਹੜਾ ਮੁੱਦਾ ਬਣ ਸਕਦਾ ਜੀ। ਉੱਧਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਭੁੱਲਰ ਕਲੋਨੀ ਗਲੀ ਨੰਬਰ 3 ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 8-10 ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਨ ਦਾ ਯਤਨ ਕੀਤਾ ਗਿਆ। ਇੱਟਾਂ ਰੋੜੇ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੱਕ ਮਾਰੇ ਗਏ ਨੇ। ਔਰ ਉਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਕੁੱਟਮਾਰ ਕੀਤੀ ਹੈ ਔਰ ਉਸਦੀ ਧਰਮ ਪਤਨੀ ਨਾਲ ਵੀ ਬਦਤਮੀਜ਼ੀ ਕਰਨ ਦਾ ਯਤਨ ਕੀਤਾ ਹੈ।
ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਮੌਕੇ ਤੇ ਪੁੱਜੇ ਨੇ, ਸਿੱਖ ਵਿਰਸਾ ਕੌਂਸਲ ਦੇ ਨੌਜਵਾਨ ਮੌਕੇ ਤੇ ਪੁੱਜੇ ਨੇ, ਬਹੁਤ ਸਾਰੀਆਂ ਸੰਗਤਾਂ ਮੌਕੇ ਤੇ ਪੁੱਜੀਆਂ ਨੇ ਜਿਨ੍ਹਾਂ ਨੇ ਉੱਥੋਂ ਦਾ ਜਾਇਜ਼ਾ ਲੈ ਕੇ ਰਾਸ ਨੂੰ ਰਿਪੋਰਟ ਦਿੱਤੀ ਹੈ। ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਇਹ ਇੱਕ ਕਿਸਮ ਦੀ ਮੇਰੇ ਵੱਲੋਂ ਮੰਗ ਹੈ ਕਿ ਦੋਸ਼ੀਆਂ ਖਿਲਾਫ਼ ਵੱਧ ਤੋਂ ਵੱਧ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਜੋ ਮੁੜ ਅਜਿਹੀ ਗਲਤੀ ਕਰਨ ਦੀ ਕਿਸੇ ਦੀ ਹਿਮਾਕਤ ਜਿਹੜੀ ਆ ਉਹ ਨਾ ਹੋਵੇ। ਜੀ ਅਸੀਂ ਥਾਣੇ ਬੈਠੇ ਸੀ, ਸਾਡੇ ਸਬ ਇੰਸਪੈਕਟਰ ਸ਼ਿਮਲਾ ਰਾਣੀ ਅਤੇ ਹੌਲਦਾਰ ਇਕਬਾਲ ਸਿੰਘ ਸੀ, ਇਹਨਾਂ ਨੂੰ ਕੋਈ ਤਲਾਹ ਮਿਲੀ ਵੀ ਇੱਥੇ ਕੋਈ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰ ਰਿਹਾ। ਜਦੋਂ ਇਹ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਆ ਜਿਹੜਾ ਇੱਟਾਂ ਵੱਟੇ ਧੱਕਾ ਮੁੱਕੀ ਖਿਲਾਰਾ ਹੋ ਚੁੱਕਿਆ ਸੀ ਗੁਰਦੁਆਰਾ ਸਾਹਿਬ ਦੇ ਅੰਦਰ। ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਅੰਦਰ ਆ ਕੇ ਉਹਨਾਂ ਨੇ ਇਹਨਾਂ ਨਾਲ ਮਾੜਾ ਚੰਗਾ ਵਿਹਾਰ ਕੀਤਾ। ਉਹ ਸਾਡੇ ਮੁਲਾਜ਼ਮਾਂ ਨਾਲ ਵੀ ਬੋਲਦੇ ਸੀ, ਜਦੋਂ ਇਹਨਾਂ ਨੇ ਮੈਨੂੰ ਪਤਾ ਲੱਗਿਆ ਤਾਂ ਮੈਂ ਮੌਕੇ 'ਤੇ ਆਇਆ, ਮੌਕੇ 'ਤੇ ਆ ਕੇ ਤਿੰਨ ਬੰਦੇ ਪਕੜ ਕੇ ਲੈ ਕੇ ਗਿਆ ਅਤੇ ਬਾਕੀ ਮੌਕਾ ਵੇਖਿਆ, ਇਹਨਾਂ ਦੇ ਬਿਆਨ ਲਿਖਦੇ ਹਾਂ, ਉਹਦੇ ਮੁਤਾਬਕ ਜੋ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹੋ ਜਿਹੇ ਮਾਮਲੇ ਦੇ ਵਿੱਚ ਕਿਸੇ ਨੂੰ ਢਿੱਲ ਨਹੀਂ ਦਿੱਤੀ ਜਾਊਗੀ। ਮੁਕਤਸਰ ਤੋਂ ਇਸ਼ਫਾਕ ਤੁੱਟੀ ਦੀ ਰਿਪੋਰਟ।